ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗੁਰਬਾਣੀ ਗੁਰੂ ਵਿੱਚ ਆਪਾਂ ਨੂੰ ਸਮਝਾਉਂਦੇ ਨੇ, ਜਦੋਂ ਆਪਾਂ ਨੂੰ ਇਹ ਸੰਸਾਰ ਦੇ ਵਿੱਚ ਭੇਜਿਆ ਜਾਂਦਾ ਹੈ, ਆਪਣੇ ਮਨ ਨੂੰ ਗਿਣਤੀ ਦਾ ਸਮਾਂ ਸਵਾਸਾਂ ਦਾ ਧੰਨ ਦਿੱਤਾ ਜਾਂਦਾ ਹੈ, ਜਿਹਦੇ ਵਿੱਚ ਇੱਕ ਤਿਲ ਭਰ ਵੀ ਵਾਧਾ ਘਟਦਾ ਨਹੀਂ ਹੈ। ਮਹਾਰਾਜ ਫਰਮਾਉਂਦੇ ਨੇ, ਗਣ ਘਰ ਦੇ ਸਭ ਦਿਵਸ ਸਾਸ ਨਹਿ ਵਧਣ ਘਟਣ ਤਿਲ ਸਾਰ। ਆਵਾਂ ਨੂੰ ਸਮਝਾਉਂਦੇ ਵੀ ਗਿਣਤੀ ਦਾ ਸਵਾਸਾਂ ਦਾ ਧੰਨ ਹੈ, ਨਾ ਇਹਦੇ ਵਿੱਚ ਤਿਲ ਵਧਣਾ ਹੈ ਅਤੇ ਨਾ ਘਟਣਾ ਹੈ। ਹੁਣ ਜਦੋਂ ਆਪਾਂ ਇਹ ਸੰਸਾਰ 'ਚ ਦਿੱਤਾ ਹੋਇਆ ਸਾਡਾ ਸਮਾਂ ਸਵਾਸਾਂ ਦਾ ਧੰਨ ਖਤਮ ਹੁੰਦਾ ਹੈ, ਉਦੋਂ ਸਾਨੂੰ ਇੱਥੋਂ ਵਾਪਸ ਜਾਣਾ ਪੈਂਦਾ ਹੈ ਇਸ ਸਰੀਰ ਨੂੰ ਛੱਡ ਕੇ। ਹੁਣ ਮਹਾਰਾਜ ਸੱਜੇ ਪਾਤਸ਼ਾਹ ਕਹਿੰਦੇ ਵੀ ਜਦੋਂ ਇੱਧਰ ਸਾਡਾ ਮਨ ਆ ਕੇ ਵਿਚਾਰਾਂ ਦੇ ਵਿੱਚ ਤ੍ਰੈ ਗੁਣਾਂ 'ਚ ਸੌਂ ਜਾਂਦਾ ਹੈ, ਭਰਮ ਦੇ ਵਿੱਚ ਪੈ ਜਾਂਦਾ ਹੈ, ਉਦੋਂ ਫਿਰ ਇਸ ਨੂੰ ਜਿਹੜੀ ਮੌਤ ਹੈ ਮੌਤ ਚੇਤੇ ਨਹੀਂ ਰਹਿੰਦੀ, ਇਹ ਮਰਨਾ ਭੁੱਲ ਜਾਂਦਾ। ਫਿਰ ਇਹਦਾ ਜਿਹੜਾ ਸਮਾਂ ਇੱਧਰ ਇਹ ਸੁਪਨੇ ਦੇ ਵਿੱਚ ਲਗਾਈ ਜਾਂਦਾ ਹੈ, ਵਿਚਾਰਾਂ ਦੇ ਵਿੱਚ ਸੁੱਤਾ ਹੋਇਆ। ਹੁਣ ਜਦੋਂ ਫਿਰ ਸਾਡੇ ਮਨ ਨੂੰ ਇੱਧਰ ਭੇਜਿਆ ਜਾਂਦਾ, ਇਹਨੂੰ ਇੱਕ ਚਿੱਠੀ ਦਿੱਤੀ ਜਾਂਦੀ ਜਿਹਨੂੰ ਗੁਰਬਾਣੀ 'ਚ ਚੀਰੀ ਦਾ ਨਾਮ ਦਿੱਤਾ ਅਤੇ ਪਰਵਾਨਾ ਵੀ ਕਹਿ ਦਿੱਤਾ ਹੈ। ਹੁਣ ਉਹ ਜਿਹੜੀ ਚਿੱਠੀ ਚੀਰੀ ਹੈ ਉਹਦੀ ਇੱਕ ਲਿਖਤ ਦਰਗਾਹ 'ਚ ਰੱਖੀ ਜਾਂਦੀ ਪਰਲੋਕ ਦੇ ਵਿੱਚ, ਅਤੇ ਇੱਕ ਸਾਡੇ ਮਨ ਨੂੰ ਦਿੱਤੀ ਜਾਂਦੀ ਹੈ ਵੀ ਤੈਨੂੰ ਇੰਨਾ ਸਮਾਂ ਦਿੱਤਾ ਹੈ, ਇੰਨਾ ਸਮਾਂ ਤੂੰ ਮਾਤ ਲੋਕ 'ਚ ਰਹਿਣਾ ਹੈ ਇੱਥੇ। ਹੁਣ ਉਹ ਸਾਡਾ ਜਿਹੜਾ ਮਨ ਉਹ ਪਰਵਾਨਾ ਚਿੱਠੀ ਉਹਨੂੰ ਨਿੱਜ ਮਹਿਲ 'ਚ ਹੀ ਭੁੱਲ ਆਉਂਦਾ, ਇਸ ਕਰਕੇ ਸਾਨੂੰ ਇਹ ਗਿਆਨ ਹੀ ਨਹੀਂ ਰਹਿੰਦਾ ਵੀ ਸਾਡੇ ਕੋਲ ਕਿੰਨਾ ਕੁ ਸਮਾਂ ਇਸ ਵਾਸਾਂ ਦਾ ਧੰਨ ਰਹਿ ਗਿਆ। ਹੁਣ ਜਦੋਂ ਸਾਡਾ ਦਿੱਤਾ ਹੋਇਆ ਸਮਾਂ ਖਤਮ ਹੁੰਦਾ ਹੈ, ਪਹਿਲਾਂ ਜਿਹੜੀ ਦਰਗਾਹ ਦੇ ਵਿੱਚ ਉਹ ਚਿੱਠੀ ਜਿਹੜੀ ਚੀਰੀ ਹੈ ਉਹਨੂੰ ਪਾਟ ਦਿੰਦੇ ਨੇ, ਫਿਰ ਇੱਧਰ ਸਮਾਂ ਸਾਡਾ ਅੰਤਲਾ ਹੁੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਦੀ ਚੀਰੀ ਦਰਗਾਹ ਦੇ ਵਿੱਚ ਪਾਟ ਗਈ ਉਹਨਾਂ ਨੂੰ ਇੱਧਰ ਸੰਸਾਰ ਦੇ ਵਿੱਚ ਕੋਈ ਰੱਖ ਨਹੀਂ ਸਕਦਾ। ਮਹਾਰਾਜ ਕਹਿੰਦੇ ਜਿਨ ਕੀ ਚੀਰੀ ਦਰਗਹਿ ਪਾਟੀ ਤਿੰਨਾਂ ਮਰਨਾ ਭਾਈ, ਵੀ ਜਿਨ੍ਹਾਂ ਦੀ ਚੀਰੀ ਦਰਗਾਹ 'ਚ ਪਾਟ ਦਿੱਤੀ ਉਹਨਾਂ ਨੇ ਮਰਨਾ ਹੀ ਮਰਨਾ, ਉਹਨਾਂ ਨੂੰ ਕੋਈ ਨਹੀਂ ਬਚਾ ਸਕਦਾ, ਉਹਨੂੰ ਕੋਈ ਨਹੀਂ ਜਾਣ ਤੋਂ ਰੋਕ ਸਕਦਾ ਸੰਸਾਰ ਦੇ ਵਿੱਚ। ਸਿਰਫ ਇੱਧਰ ਕੋਈ ਨਾ ਕੋਈ ਵਿੱਦ ਬਣਦੀ ਹੈ, ਚਾਹੇ ਕਿਸੇ ਨੂੰ ਤਨ ਕਰਕੇ ਕੋਈ ਸਰੀਰ ਨੂੰ ਰੋਗ ਲੱਗ ਜੇ, ਬਿਮਾਰੀ ਲੱਗ ਜੇ, ਕੋਈ ਜਾ ਕਿਤੇ ਜਾ ਰਹੇ ਹਾਂ ਰਸਤੇ 'ਚ ਐਕਸੀਡੈਂਟ ਹੋ ਜੇ, ਜਾਣੀ ਦੇ ਕੋਈ ਨਾ ਕੋਈ ਵਿੱਦ ਬਣਦੀ ਹੈ ਸਾਨੂੰ ਇੱਥੋਂ ਲਿਜਾਣ ਦੀ ਵਾਪਸ। ਇਹ ਸਮਾਂ ਸਾਡਾ ਪਹਿਲਾਂ ਹੀ ਖਤਮ ਹੋ ਜਾਂਦਾ, ਚੀਰੀ ਦਰਗਾਹ 'ਚ ਪਾੜ ਦਿੰਦੇ ਫਿਰ ਸਾਡਾ ਇੱਧਰ ਮੌਤ ਹੁੰਦੀ ਹੈ। ਇਸ ਕਰਕੇ ਫਿਰ ਮਹਾਰਾਜ ਕਹਿੰਦੇ ਵੀ ਜਦੋਂ ਉਹ ਚਿੱਠੀ ਦਰਗਾਹ 'ਚ ਪਾੜ ਦਿੰਦੇ ਨੇ ਉੱਥੋਂ ਫਿਰ ਨਵਾਂ ਪਰਵਾਨਾ ਜਾਰੀ ਕੀਤਾ ਜਾਂਦਾ, ਜਮਾਂ ਦੇ ਹੱਥ ਭੇਜਿਆ ਜਾਂਦਾ ਵੀ ਜਾਓ ਉਹਨੂੰ ਲੈ ਕੇ ਆਓ, ਵੀ ਮਾਤ ਲੋਕ 'ਚ ਰਹਿ ਕੇ ਜਿਹੜਾ ਉਹਨੂੰ ਸਵਾਸਾਂ ਦਾ ਧੰਨ ਦੇ ਕੇ ਭੇਜਿਆ ਸੀ ਉਹਨੇ ਉੱਥੇ ਕੀ ਖੱਟਿਆ ਅਤੇ ਕੀ ਗਵਾਇਆ ਹੈ, ਵਾਪਸ ਆ ਕੇ ਹਿਸਾਬ ਦੱਸੇ।
ਨਵਾਂ ਪਰਵਾਨਾ ਜਾਰੀ ਕਰਦੇ, ਜਮਾਂ ਦੇ ਹੱਥ ਭੇਜਦੇ, ਉਹ ਫਿਰ ਜਮ ਨੇ ਜਿਹੜੇ ਸਾਡੇ ਮਨ ਨੂੰ ਲੈਣ ਵਾਸਤੇ ਆਉਂਦੇ। ਉਹ ਫਿਰ ਜਿਹੜਾ ਪਰਵਾਨਾ ਉਹਨਾਂ ਕੋਲੋਂ ਪਰਵਾਨਾ ਪੜ੍ਹ ਕੇ ਸੁਣਾਉਂਦੇ, ਉਸ ਪਰਵਾਨੇ ਦੇ ਉੱਤੇ ਕੀ ਲਿਖਿਆ ਹੋਇਆ ਕੀ ਪੜ੍ਹ ਕੇ ਸੁਣਾਉਂਦੇ ਨੇ। ਮਾਰੇ ਗੁਰਬਾਣੀ 'ਚ ਦੱਸਦੇ ਨੇ, ਅਮਲ ਸਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜੰਮ ਲੈਣਾ, ਕਿਆਜ਼ੈ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਚੱਲ ਦਰ ਹਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗੀ ਗਾਇਆ। ਹੁਣ ਉਹਨਾਂ ਨੇ ਆ ਕੇ ਪਰਵਾਨਾ ਪੜ੍ਹ ਕੇ ਸੁਣਾਇਆ ਅਤੇ ਵੀ ਚੱਲ ਚੱਲ ਕੇ ਹਿਸਾਬ ਦੇ ਜਿਹੜੀ ਵੀ ਹਾਲਤ 'ਚੋਂ ਉੱਠ ਅਤੇ ਉੱਠ ਕੇ ਚੱਲ। ਹੁਣ ਜਿਹੜੇ ਜੰਮ ਨੇ ਫਿਰ ਉਹ ਕੀ ਕਰਦੇ ਨੇ, ਸਾਡਾ ਜਿਹੜਾ ਮਨ ਹੈ